हाँ जी किमें हो? ठीक है जी। किमें सेहत होना? ठीक है यार। चिमन पलास का डब्बा जी। कोई नहीं पुत, कोई नहीं, चिमन पलास तेन पुत दे देंगे, टेंशन ना ले। ठीक है डॉक्टर जी, हाज मुल्ला दे जी। तो बच्ची चौदह नहीं पता नहीं की हो रहा है, जानते बन रही है हाज मुले मंगी जाता। वो तू दे वो पै जा भीर, पै जा, ठीक हो जा पुत बन के, मैं तेन बाहरों दवा दूं हाज मुला के। तो डॉक्टर को कर ला दे इलाज, बहुत भीड़ हो रही है डॉक्टर को। पै जा, पै जा, आप ही ठीक हो जूगा। माड़े कर्म ने भाई अपने, पता नहीं किदा बेड़ा बह गया। बच्ची चो ने सारी टब्बर गड्डी चाड़ता दी। सस्काल जी, किवें ने हुण भाग स्यौरी नाले दा टब्बर है? ठीक है जी, ठीक ने, ठीक है। होश आ गई? होश आ गया, कर लो गल, है कर लो। हाँ जी, चंगा। क्या वो तू दिया वागुआ? ओए वागुआ, ओए केड़ा मैं आ पसाड़ आड़ी हुई है। हाँ बह जा। की हो गया वो भागुआ? है बलबीर सिंह चंगे कर्म की हुए, बच गए जड़े। हाँ कोई हाल नहीं, बचन का नहीं होया की है सला, पता लग गया कुछ है? कुछ नहीं पता लग्या, की होया की ना होया। हाँ चंगा भला सारे टब्बर ने रोटियां खादिया ने। अच्छा रोटियां खा के पै गए आपो आपके कमर च। हाँ दसा वा गया पानी की बारी पर। अच्छा तेरी पर तेरे वाली भाभी कहती। हाँ मैनू कहती चक्कर जी आई जाते, घबराहट जी हो जाती है। अच्छा मैं कह सालियाँ वो खाई जाने मैगियां मूगियां जी सेवियां जी हड़दियाँ दे नहीं खाणो। हाँ मैं वो करके हो गया होगा। मैं ए कर कौड़ तूंबे की फक्की लै लै। हाँ कौड़ तूंबे फक्की लैके पेशाब करके आनी है, जाके दड़म देने उत्थे डिगी सौखाने के गेट मूहरे है। हाँ खड़का सुनया जो मैं भज के गया, मैं पता नहीं की हो गया। क्या जाके देखे डिगी पी ना जी ना भाई, इनू सामभते सामभते मैनू घबराहट होने लगी, मैं भी डिगया उ। पता ही नहीं लग्या की होया की ना होया। लैके कौड़ आया सू इत? कुछ नहीं पता लगता, परमात्मा जानता सी किवें रे पहुँच गए किवें ना। डॉक्टर कौन लैके आया इन्हों रे? अच्छा एम्बूलेंस वाले आ गए। पता नहीं है जी लगी है जिवें पत्थर की कार जांदी ना भूं भूं। हाँ वो ही करता हुंदा। हाँ तां चल भागुआ सौ करा बालक का बचत रहेगी। पता ही लग्या बलबीर सिंह होया की है, कहानी की वापरी है, जिहड़ा पाया सारा टब्बरे डिग गया है। ये कित एक ठीक है, ठीक है तू तो। हाँ तो आ देख ला एदा की हुआ बेचारे का है। ਕੰਜਦਾ ਮੈਂ ਤਾਂ ਇਹੀ ਸੋਚੀ ਜਾਂਦਾ ਜਾਂਦਾ ਹੋਸ਼ ਆਇਆ ਹੈ। ਹਾਂ ਹੈ ਵੀ ਜੇ ਇਹਨੂੰ ਕੁਛ ਹੋ ਜਾਂਦਾ ਤੇ ਭੈਣਾ ਬੰਨੀ ਦੇ ਮਰ ਜਾਂਦੇ। ਬਗਾਨਾ ਜਵਾਕ ਦੀ ਭੈਣ ਦਾ ਇਹਨੂੰ ਕੁਛ ਹੋ ਗਿਆ, ਕਿੱਥੋਂ ਕਿੱਥੋਂ ਨੇ ਉਹਦੇ ਜਵਾਕ ਨੂੰ ਪੂਰਾ ਜਵਾਬ ਦਿੰਦੇ ਘਰਦੇ ਨੂੰ, ਇੰਨਾ ਵਿਆਹ ਵਿਆਹ ਹੋਇਆ ਇਹਦਾ ਕਮਾਰਾ ਮੁੰਡਾ ਹੈ। ਕੋਈ ਗੱਲ ਨਹੀਂ ਟੱਬਰ ਦਾ ਕੰਮ ਨਹੀਂ, ਬਗਾਨਾ ਜਵਾਕ ਦੀ ਗਲ ਪੈ ਜਾਂਦਾ ਹੈ। ਉਹਨੂੰ ਇੰਨੀ ਵਾਰ ਕਹਿ ਭਾਈ ਭੇਜ ਦੋ, ਇਹਨੂੰ ਨਹੀਂ ਭੇਜਦੇ ਹੈ ਦੱਸ ਕੀ ਕਰਾਉਣਾ। ਸਮਝ ਨਹੀਂ ਆਈ ਗੱਲ ਹੋਇਆ ਕੀ? ਮੈਂ ਦਿੰਦਾ ਕੁਛ ਨਹੀਂ ਪੱਲੇ ਪੈਂਦੀ ਗੱਲ ਇਹੀ ਜੀ। ਭਾਗੂਆ ਮੈਂ ਦੱਸਦਾ ਇਹ ਆਪਣੇ ਕਿੰਨੇ ਕੇਸ ਹੋ ਗਏ ਪਹਿਲਾਂ, ਇਹ ਭੈਣ ਦਾ ਪੱਕਾ ਸਿਵਕੀ ਸੁਵਕੀ ਗਿਰੀ ਆ ਦਾਲ 'ਚ, ਤੈਨੂੰ ਦੱਸਾਂ ਮੈਂ ਹੈ। ਗੱਲ ਤਾਂ ਇਹੀ ਹੋਈ ਆ ਜਦੋਂ ਅਸੀਂ ਰੋਟੀ ਖਾਧੀ ਆ ਦਾਲ ਨਾਲ। ਹਾਂ ਹਾਂ ਉਹਦੀ ਹੋਇਆ ਰੋਟੀ ਦਾਲ ਖਾਧੀ ਸਾਰੇ ਟੱਬਰ ਨੇ, ਸਾਰਾ ਟੱਬਰੇ ਹੋਇਆ ਨਾ ਹੈ ਦਾਲ 'ਚ ਤਾਂ ਗੋਲੀਆਂ ਮੈਂ ਪਾਈਆਂ ਸੀਗੀਆਂ ਹਾਂਜੀ, ਉਹਦੀ ਕਰਕੇ ਹੋਇਆ ਜੀ ਸਾਰੇ। ਸਿਵਕੀ ਸਿਵਕੀ ਆ ਢਾਕਦੀ ਹੈ ਨਹੀਂ, ਜਦੋਂ ਬਣਾਉਂਦੀਆਂ ਨੇ ਨੱਗੀ ਛੱਡਦਾ ਲੱਗੇ ਰਹਿੰਦੇ ਨੇ ਫੋਨਾਂ 'ਤੇ ਰੀਲਾਂ ਜਿਹੀਆਂ ਬਣਾਉਣ ਲੱਗ ਜਾਂਦੇ ਨੇ, ਹੈ ਡਿੱਗੀ ਹੋਣੀ ਕੀ ਪਤਾ ਲੱਗਦਾ ਭਾਈ। ਮੈਂ ਗੱਲ ਸੁਣੀ ਯਾਰ, ਮੈਂ ਉੱਥੇ ਜਾਊਂ ਮਰੇਰੇ ਕੋਟਲੇ। ਹਾਂ ਉੱਥੇ ਕਹਿੰਦੇ ਹਜਰਾਇਤ ਕਰਦਾ ਬੰਦਾ, ਕਹਿੰਦੇ ਨੌਂ ਦੇ ਵਿੱਚ ਦਿਖਾਉਂਦਾ ਉਹਦੀ ਨਾਲ ਦੀ ਨਾਲ ਵੀ ਕੀ ਹੋਇਆ ਕੀ ਨਾ ਹੋਇਆ। ਮੁਸਲਮਾਨ ਹੈ ਉੱਥੇ ਦਾ, ਹਜਰਾਇਤ ਪੜ੍ਹਦਾ ਉਹ ਜਦੋਂ ਨੌਂ 'ਚ ਦਿਖਾਊਗਾ ਸਾਰਾ ਕੁਛ ਵੀ ਹੋਇਆ ਕੀ ਹੈ, ਬੰਦੇ ਨੂੰ ਕੀ ਘਟਨਾ ਵਾਪਰੀ ਹੈ, ਕੀ ਨਾ ਵਾਪਰੀ ਹੈ,
ਸਾਲਾ ਕਿਸੇ ਨੇ ਸਾਨੂੰ ਕੁਝ ਦੇ ਤਾਂ ਨਹੀਂ ਦਿੱਤਾ ਕਿਤੇ ਖਾਣ ਖੂਣ ਤਾਂ ਇਹ ਤਾਂ ਆਪੜੀਆਂ ਗੱਲਾਂ ਵਾਲੇ ਭਾਗੂ ਆ ਤਾਂ ਰੱਬ ਜਾਣਦਾ ਹੁਣ ਹੋਇਆ ਕੀ ਆ ਠੀਕ ਹੋ ਜੀ ਮਰੇਕੋਟਲੇ ਚੱਲ ਕੇ ਆਵਾਂਗੇ ਇਹਦਾ ਡਾਕਟਰ ਨੂੰ ਵੀ ਪਤਾ ਹੋਣਾ ਕੀ ਚੱਕਰ ਹੋਇਆ ਤੁਸੀਂ ਪੁੱਛੇ ਹੀ ਨਹੀਂ ਕੁਛ ਬਾਈ ਮੈਂ ਤਾਂ ਹਾਂ ਹੁਣੇ ਹੋ ਸਕਿਆ ਡਾਕਟਰ ਮਰ ਜਾ ਪਾਣੀ ਪੀ ਗਿਆ ਨਾ ਸ਼ੁਕਰ ਕਰ ਡਾਕਟਰ ਚੰਗਾ ਦੀ ਆਪਣੇ ਪਿੰਡ ਵਾਲਾ ਸ਼ਾਜਲੀ ਵਾਲਾ ਹਾਂ ਬੇਨਤੀ ਹਾਂ ਹੈ ਡਾਕਟਰ ਵਧੀਆ ਬਚਾ ਲੇ ਹਾਂ ਐ ਨਹੀਂ ਹੋਰ ਨਾ ਖਾ ਜਾਂਦਾ ਡਾਕਟਰ ਹੋਇਆ ਕੀ ਆ ਹੈ ਹੋਣਾ ਕੀ ਹੈ ਇਹ ਕਹੀ ਨੇ ਛਿਪਕਲੀ ਵਾਲਾ ਹੈ ਛਿਪਕਲੀ ਦਾ ਕੰਮ ਚੱਕਰ ਹੈ ਜੀ ਮਟਰ ਪਨੀਰ ਵਾਲੀ ਦਾਲ ਤੀ ਗੱਡੀ ਸਾਰਾ ਟੱਬਰ ਹੋਏ ਡਾਕਟਰ ਆਈ ਮਰ ਜਾ ਕੀ ਗੱਲ ਹੋ ਗਈ ਆ ਤਾਰੀ ਮਰ ਗਈ ਕੀ ਗੱਲ ਹੋ ਗਈ ਉਲਟੀ ਹੋ ਗਈ ਹੈ ਉਲਟੀ ਆ ਕੀ ਗੱਲ ਹੋ ਗਈ ਮਾੜੀ ਜੀ ਤਾਰ ਦੋ ਮਿੰਟ ਕੀ ਗੱਲ ਦੱਸ ਤਾ ਦੇ ਕੀ ਗੱਲ ਕੁਛ ਨਹੀਂ ਹੁੰਦਾ ਮੇਰੇ ਖੁਰਕ ਜੀ ਹੁੰਦੀ ਆ ਤੂੰ ਆ ਤਾਰ ਦੇ ਲਾ ਦੇ ਤਾਰ ਦੇ ਮੈਨੂੰ ਬਸ ਆ ਵੀ ਤਾਰ ਲੱਖ ਚਲਾ ਗਈ ਵਿੱਚ ਸਾਰਾ ਟੱਬਰੇ ਮਾਰਤਾ ਦੀ ਕਹਿੰਦੇ ਬੋਲੇ ਨੇ ਕਿੱਥੋਂ ਜੰਮਿਆ ਇਹ ਭਾਬੀ ਨੂੰ ਤਾਂ ਨਹੀਂ ਕੁਛ ਸੰਤ ਕਿਸੇ ਥਾਂ ਦਾ ਕਿੱਥੇ ਲਿਆ ਦੀ ਗੋਲੀਆਂ ਤੂੰ ਇਹ ਕਿੱਥੇ ਲਿਆ ਦੀ ਗੋਲੀਆਂ ਇਹਦਾ ਭਾਈ ਪਾਗਲ ਖਾਨੇ ਜਮ੍ਹਾਂ ਕਰਾਉਣਾ ਪਊ ਵੀਰਿਆ ਉਹ ਬਾਈ ਬਣ ਕੇ ਇਹਨੂੰ ਲੈ ਕੇ ਜਾਓ ਪਾਗਲ ਖਾਨੇ ਸਾਰੇ ਟੱਬਰ ਨੂੰ ਮਾਰ ਦੂ ਕਦੇ ਨਾ ਕਦੇ ਕੁਛ ਦੇ ਕੇ ਬੋਲਾ ਹੈ ਓਏ ਮੈਨੂੰ ਕੀ ਵਾ ਦੀ ਗੋਲੀਆਂ ਪਾਉਣ ਨੂੰ ਦੱਸ ਹੈ ਮੈਂ ਜਿਹੜਾ ਜਾਣ ਕੇ ਮਾਈਆਂ ਹੋਰ ਆਪੇ ਪੈ ਗਿਆ ਹੈ ਖਾਸ ਮੂਹੀ ਕੁੱਟੀ ਜਾਂਦੇ ਨੇ ਮੈਂ ਠੀਕ ਹੈ ਨਹੀਂ ਹੁਣ ਤੂੰ ਹਾਂ ਜੀ ਜੇ ਕੱਚਾ ਜਿਹਾ ਹੋਈ ਜਾਂਦਾ ਚੱਲ ਹੋ ਜੂਗਾ ਠੀਕ ਕੋਈ ਨਾ ਵਾਮਿਟ ਜੇ ਵਾਂਗੂ ਹੁੰਦਾ ਪਿਆ ਵਾਮਿਟ ਜੇ ਵਾਂਗੂ ਹੁੰਦਾ ਪਿਆ ਜੇ ਭਾਈ ਵੋਮਿਟੋਜ਼ ਕੋਈ ਹੋ ਰਿਹਾ ਕੋਈ ਬਿਮਾਰੀ ਬਿਮੂਰੀ ਹੈ ਕੋਈ ਆਪਾਂ ਵੱਡੇ ਡਾਕਟਰ ਕੋਲੇ ਵਗ ਚੱਲਦੇ ਫਿਰ ਹੈ ਨਹੀਂ ਵੱਡੇ ਡਾਕਟਰ ਵਾਲਾ ਨਹੀਂ ਵਾਮਿਟ ਉਲਟੀ ਵਾਂਗੂ ਹੋ ਰਿਹਾ ਅੱਛਾ ਉਲਟੀ ਹੁੰਦਾ ਹੈ ਚੱਲ ਕੋਈ ਨਾ ਐਂ ਕਰ ਆ ਸੰਗਤਰੀ ਦੀ ਫਾੜੀ ਖਾ ਲੈ ਇੱਕ ਇਹਦੇ ਨਾਲ ਠੀਕ ਹੋ ਜੂਗਾ ਮੈਂ ਨਹੀਂ ਖਾਣਾ ਓਏ ਮੈਂ ਬੀ ਕੱਢ ਕੇ ਦਿੰਨਾ ਹੋ ਜੂਗਾ ਠੀਕ ਨਹੀਂ ਤੁਸੀਂ ਮੰਮੀ ਨੂੰ ਬੁਲਾ ਲਓ ਓਏ ਕਾਣੂ ਉਹਨਾਂ ਨੂੰ ਬਿਪਤਾ ਪਾਉਣੀ ਹੈ ਵਿਚਾਰਿਆਂ ਨੂੰ ਹੈ ਹੋ ਜੂਗਾ ਸਾਰਾ ਕੁਝ ਠੀਕ ਲੈ ਵੀਰੇ ਨੂੰ ਤੇ ਮੰਮੀ ਨੂੰ ਬੁਲਾ ਲਓ ਆ ਜਾਣਗੇ ਓ ਕੋਈ ਨਾ ਤੂੰ ਤਾਂ ਉਹੀ ਕਹਿੰਦੇ ਦਿਲ ਦੇ ਕੇ ਖੜ ਗਈ ਹੈ ਮੜਿਆ ਹੌਸਲਾ ਰੱਖ ਲੈ ਖਾ ਓ ਪ੍ਰੀਤਾ ਓ ਪ੍ਰੀਤਾ ਉਹ ਪਾਣੀ ਲਈ ਭਾਈ ਇੱਥੋਂ ਮੜ ਜਾ ਉਲਟੀ ਆਉਂਦੀ ਇਹਨੂੰ ਡੰਡਾ ਲਵੇ ਦੇ ਕਲੰਨ ਜਵਾ ਕੇ ਲੱਤਾਂ ਤਾਹਾਂ ਕਰਕੇ ਸਾਰੇ ਟੱਬਰ ਦੀਆਂ ਕੋਈ ਨਾ ਹੋ ਜੂ ਗਾੜੀ ਕੋਈ ਨਾ ਚੰਦਰੀਏ ਰੋਗ ਲਵਾ ਕੇ ਬਹਿ ਜੀ ਕਿਤੇ ਟੈਸ਼ਨ ਟੂਸ਼ਨ ਨਾ ਪਾਲੀ ਦਿਮਾਗ 'ਤੇ ਹੈ ਟੈਨਸ਼ਨ ਤੁਸੀਂ ਆਪ ਹੀ ਦੇਖ ਲਓ ਕੀ ਹੋ ਗਿਆ ਹੈਂ ਹੋ ਜੂਗਾ ਠੀਕ ਸਾਰਾ ਕੁਛ ਮੇਰੀ ਗੱਲ ਸੁਣ ਲੈ ਭਾਈ ਆ ਦੋ ਚਾਰ ਦਿਨ ਚੁੱਲ੍ਹੇ ਚੌਂਕੇ ਦਾ ਤੂੰ ਹੀ ਕਰ ਲਈ ਇਹਨੂੰ ਨਾ ਕਹੀਂ ਮਾੜਾ ਮੋਟਾ ਵੀ ਕੰਮ ਕਰਨ ਨੂੰ ਨਾ ਮੇਰੇ 'ਚ ਜਾਨ ਨਹੀਂ ਹੈਗੀ ਚੁੱਲ੍ਹੇ ਚੌਂਕੇ ਦਾ ਕਰ ਲਈ ਮੈਂ ਤਾਂ ਆਪ ਐਡੀ ਔਖੀ ਆ ਚੱਕਰ ਮੈਨੂੰ ਆਈ ਜਾਂਦੇ ਆ ਕੰਧਾ ਫੜ ਫੜ ਕੇ ਮੈਂ ਤੁਰਦੀ ਆ ਕੇ ਰਹਿਣੀ ਤੂੰ ਕੰਧਾ ਫੜ ਕੇ ਤੁਰਦੀ ਹੈਗੀ ਹੈ ਸਾਰੇ ਟਕਮੰਜ ਕਰਦੀ ਆ ਭਾਈ ਤੂੰ ਮੈਂ ਕਿਉਂ ਟਕਮੰਜ ਕਰਦੀ ਆ ਹੋਰ ਕੀ ਕਰਦੀ ਆ ਤੁਸੀਂ ਕਰਦੇ ਹੋ ਮੈਂ ਵੀ ਤਾਂ ਹਸਪਤਾਲ ਤੋਂ ਆਈ ਆ ਹਸਪਤਾਲ ਤੋਂ ਹਸਪਤਾਲ ਕੀ ਜ਼ਹਿਰ ਕਿਸੇ ਹੋਰ ਨੇ ਪਾ ਕੇ ਦਿੱਤੀ ਹੈ ਆ ਤੁਹਾਡੇ ਕੰਨ ਨੇ ਪਾ ਕੇ ਦਿੱਤੀ ਹੈ ਜ਼ਹਿਰ ਹੈ
खिचड़ी खावे साले तंग करनू हो रहे ने सारा पता मेनू तू जेड़ा कुछ करौंदी फिरदी है हैं मैं की करा जानदा मैं तेनू शिपकी जी जानदा तन मैं आ पहली बहु कहंदी जे मेनू कहंदा सनौर जणी तेज हुंदियां ने मैं हां चल कोई गल नहीं ना मैं की करता दस करया की छड्या की तने मेनू तां आपने दाल खवाती दाल खवा मेनू की पता नहीं होए तेनू तां होया नहीं कुछ तू तां घोड़े वांगू भज्जी फिरदी है आहो कानू नहीं होया सब तों पहले तां वादी नूं पाकिस्तान दे ने टेलीफोन कर लिया बंद पता नहीं किधर डकरदा तैं उहो सब जानदा मैं करतूतां तेरियां सब जानदा मैं चुप आ भाई चुप रहण दे मैनू मैं भी चुप आ चुप ही रहण दे सब दा अड कर दे भाई घर बार छड़ के उच्ची बोली घबराहट हो रोग लवा के बेजी तू यही जे मेरे भरा ने किया हों फिर पता नहीं की कुछ होना सी मेरे नाल कानून कंजर का है कलने है भैन देख खसम सारे टब्बर का कलन बना जवाक जी चाया हो आप ही देख लो ना मेरा मेरे भरा ने किया हों मेरे नाल पता नहीं की कुछ होना सी मैं हूँ करा की जो मैं खड़काई तो जाना होर मैं जान लैं भी है मैं तो जवाक जे करके देखना जस्से करके मरा दो गिलासे मेरे सर हूँ टक्कर दा मैं फिर तुसी इदा करो आडी हो जो नहीं निभदी है ना या तो भरा रख लो तो या मैनू रख लो तू बाली ना घबराहट कर पै जा नहीं घबराहट की गल क्यों नहीं तूते का हाल देखे तुसी वो तो कमला आ सारे कमला कह के सार देंदे ने पिछे किसी होर का हाथ आ ਕਾਹਨੂੰ ਮੈਂ ਕਿਸੇ ਹੋਰ ਦਾ ਹੱਥ ਹੁੱਥ ਹੈਂ ਉਹ ਕੰਜਦਾ ਚੱਲ ਪਾਤੀ ਉਹਨੇ ਜਵਾਕ ਨੇ ਜੇ ਕਹਿੰਦੀ ਕੋਈ ਚਲਾਕੀ ਕਰੀ ਹੁੰਦੀ ਆਪ ਕਿਉਂ ਖਾਂਦਾ ਭਲਾ ਉਹ ਮੈਂ ਸਭ ਜਾਣਦੀ ਹਾਂ ਉਦਣ ਜਿਹੜੀਆਂ ਪੱਲੀਆਂ ਵਿਛਾ ਕੇ ਬੈਠੇ ਸੀ ਪਤਾ ਕਿਉਂ ਬੈਠੇ ਸੀ ਅੰਦਰ ਕਰੰਟ ਵਾਲੀ ਤਾਰ ਵਿਛਾਈ ਹੋਈ ਸੀ ਇਹਨੇ ਮੈਂ ਇਕੱਠੀ ਕੀਤੀ ਹੈ ਮਾਰੂ ਤੁਹਾਡੀ ਭੈਣ ਨੂੰ ਤੁਹਾਡੀ ਨੂੰ ਪਚੜੀ ਚੋਦਾ ਏਡਾ ਤੇਜ ਹੈ ਇਹ ਮੈਨੂੰ ਤਾਂ ਇਹ ਹੈ ਘਰ 'ਚ ਕਲੇਸ਼ ਨਾ ਹੋਵੇ अज फिर उही हाल करता फिर ए दूजे क दिन फिर उही कर दूगा तुसी अड हो जाओ बस चल कोई ना मैं पंचायत बुला ला समझा देना पंचायत बुला के पंचायत पंचूत कोई नहीं थाने लेके जावांगे हुण तां थाने वाला कानून टकवांज करदी है कंजदी कुछ होर इना स्यापा निकल जे मैं पक्की पक्की खाना किते भैन तेरा मेरा मुंह तिया टेस्ट ना करा के देखण भी कोई नशा नुशा नहीं करदा मैं हैगी आ ताडा कोई टेस्ट नहीं हुंदा ਦੇਖ ਲੈ ਇੱਕ ਵਾਰੀ ਫੇਰ ਸੋਚ ਲੈ 4 ਰੁਪਏ ਲੱਗ ਜਾਣਾ ਔਖਾ ਹੋ ਜੇ ਆਪਾਂ ਨੂੰ ਨਾ ਹੁਣ ਤਾਂ ਥਾਣੇ ਹੀ ਜਾਵਾਂਗੇ ਸਵੇਰ ਦਾ ਜੱਸਾ ਵੀਰ ਜੀ ਦਿਖਿਆ ਕਿਸੇ ਨੂੰ ਇਦੂ ਤਾਂ ਤੁਹਾਡਾ ਯਾਰ ਭੀਰਾ ਹੀ ਚੰਗਾ ਆ ਤਾਂ ਪੱਕੀ ਹੈ ਨਹੀਂ ਤੇਰੀ ਖੈਰ ਹਨਾ
मैं तो सोची नहीं थी ये कहता गल तो तेरी जमा 16 ने सही है जे जस्सा सही होंदा है कंजदा आप होंदा मैनू तो लगता प्रीत ते जस्से दी दोनों दी रली मिली भुगत है जवाक नू अगे कीता पिया उन्होंने तू ते मैं उठा नहीं आंदा मंजे तू ये पैर सिर बन के घोड़े वांगू तुरी फिरदी है मैनू लगता है जान बुझ के पाती अपने च है भी ऐ होजू सारे टब्बर ने खाली अच्छा मैनू एक चीज़ दसो अपने मरण तो बाद जमीन किनू मिलूगी ਜੱਸੇ ਹੋਰ ਨੂੰ ਮਿਲੂਗੀ ਔਰ ਕਿਹਨੂੰ ਮਿਲਣੀ ਹੈ ਤੇ ਪੈਸੇ ਕਿਹਨੂੰ ਮਿਲਣਗੇ ਜੱਸੇ ਨੂੰ ਤੇ ਫੇਰ ਉਹਨਾਂ ਦਾ ਫਾਇਦਾ ਉਹ ਤਾਂ ਹੀ ਤਾਂ ਇਹ ਚਾਲਬਾਜ਼ੀਆਂ ਖੇਡਦੇ ਪਏ ਨੇ ਚਲਾਕੀ ਕੰਜਰ ਦੀ ਮੇਰੇ ਨਾਲ ਹੈ ਜਵਾਕਾਂ ਵਾਂਗੂ ਪਾਲਿਆ ਉਹ ਤੁਸੀਂ ਨਾ ਬਾਲੇ ਭੋਲੇ ਹੋ ਤਾਂ ਹੀ ਤੁਹਾਨੂੰ ਕਿਹਾ ਗਾ ਭੋਲਾ ਭਾਲਾ ਕੋਈ ਨੀ ਮੇਰੇ ਸਾਲ ਦਾ ਚੱਕਰ ਝੂਟਾ ਬਣ ਦੂ ਮੈਂ ਇਹੋ ਜਿਹਾ ਬੰਦਾ ਹੈ ਮੈਂ ਹਜੇ ਤੱਕ ਮੇਰੀਆਂ ਚਲਾਕੀਆਂ ਨਹੀਂ ਦੇਖੀਆਂ ਗਿਆ ਡਰਾਵਾ ਲਵੇ ਦੇ ਐਂ ਕਰ ਪਾਣੀ ਲੈ ਕੇ ਗੋਲੀ ਲੈ ਇਹਨੇ ਨਾ ਫੜ ਤੂੰ ਆ ਗੋਲੀ ਖਾ ਲੈ ਦੁਪਹਿਰ ਦਾ ਟਾਈਮ ਹੋ ਗਿਆ ਲੈ ਆ ਜਿਹੜਾ ਢਿੱਡ ਜਾ ਮੱਚਦਾ ਠੀਕ ਹੋ ਜੀ ਇਹਦੇ ਨਾਲ ਚੱਲ ਪੈ ਜਾ ਆਰਾਮ ਕਰ ਲੈ ਹੁਣ ਬੋਲੀ ਨਾ ਉੱਚੀ ਚੰਗਾ ਬੋਲਣ ਦੀ ਗੱਲ ਨਹੀਂ ਗੀ ਤੁਸੀਂ ਨਾ 10 ਕੁ ਮਿੰਟ ਮੈਨੂੰ ਦਿਓ ਮੈਂ ਵੱਡੇ ਸਾਹਿਬ ਨੂੰ ਕਰਦੀ ਹਾਂ ਫੋਨ ਉੱਥੋਂ ਬੁਲਾ ਕੇ ਨਾ 4-5 ਬੰਦੇ ਅਤੇ ਧੂਤੇ ਦੇ ਚਿੱਤੜ ਮੈਂ ਕਟਾਉਂਦੀ ਹਾਂ ਆਪੇ ਬੋਲੂਗਾ ਕਿਵੇਂ ਕਰੀਏ ਤਾਂ ਉਲਝ ਗਈ ਗੱਲ ਯਾਰ ਤਾਂ ਨਹੀਂ ਗੱਲ ਤਾਂ ਖੈਰ ਕੰਜਰਾਂ ਦੀ ਤੇਰੀ ਜਮਾ ਸਹੀ ਹੈ ਕੱਲ੍ਹ ਘਲਾਰੂ ਦੁਬਾਰੋਂ ਪਾ ਕੇ ਦਿੱਤਾ ਇਹਨੇ ਕੁਛ ਭੈਣ ਦਾ ਵੱਡੀ ਦੇ ਮਰ ਜਾਂਗੇ ਆਪਾਂ ਤਾਂ ਇਹ ਤਾਂ ਤਕੜਾ ਦੀ ਡਾਕਟਰ ਬਿਆੰਤ ਆ ਸ਼ਾਜਲੀ ਵਾਲਾ ਇਹਨੇ ਬਚਾਤੇ ਭੈਣ ਸਾਰੇ ਤੁਹਾਡੇ ਘਰੇ ਤਾਂ ਇੱਦਾਂ ਚਾਲਾਂ ਹੁੰਦੀਆਂ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲ ਤੂੰ ਐਂ ਕਰੀ ਪੁੱਛ ਕੇ ਜੇ ਕਦੇ ਖੜਕਾ ਦੜਕੀ ਜੀ ਕਰ ਦਿਓ ਕੁੱਟ ਮਾਰ ਨਾ ਕਰਿਓ ਨਿਆਣੇ ਨੇ ਫਿਰ ਵੀ ਆਪਣੇ ਨਿਆਣੇ ਆ ਤੇ ਇੱਦਾਂ ਕਰੂੰਗਾ ਅੱਜ ਤੀਜਾ ਚੌਥਾ ਚਾਂਸ ਹੋ ਗਿਆ ਦਾ ਚੱਲ ਬੁਲਾ ਲੈ ਕੋਈ ਨਰਮ ਜਿਹਾ ਬੰਦਾ ਬੁਲਾ ਲਈ ਉਈ ਨਾ ਤਿੱਖਾ ਜਿਹਾ ਬੁਲਾ ਲਈ ਕਿਤੇ ਕੋਈ ਮਾੜੀ ਜਿਹਾ ਪੁੱਛ ਪੜਤਾਲ ਤਾਂ ਕਰ ਲਈ ਆਪਾਂ ਵੀ ਖਾਇਆ ਕਰਾਇਆ ਕਿਹਨੇ ਕੰਮ ਇਹ ਸਾਰੀ ਪ੍ਰੀਤ ਦੀ ਤੇ ਉਹਦੀ ਹੋਈ ਹੈ ਜੱਸੇ ਵੀਰ ਜੀ ਦੀ ਆਪ ਤੇ ਹੁਣ ਹੈ ਵੀ ਨਹੀਂ ਘਰੇ ਪਤਾ ਤਾਂ ਕਰੋ ਹੈ ਕਿੱਥੇ ਆ ਜੱਸਾ छोटा भाई मैं तकलीफ होंगी है फिर भी न्याणा है अच्छा जे यही मेरे भाई ने किया होंगे फिर चल कानून कर ला माड़ा जा फोन तू पता ज्यादा लगे ਮੇਰਾ ਫੋਨ ਅੰਦਰ ਪਿਆ ਨਾ 4 ਰੁਪਏ ਨੂੰ ਕਦੇ ਪੈਸੇ ਪੁੱਛਣ ਲੱਗਦੇ ਆਪਣੀ ਥਾਣੀ ਚ ਨਹੀਂ ਮੇਰੇ ਹੁੰਦੇ ਕਾਦੇ ਪੈਸੇ ਲੱਗਣੇ ਆ ਠੀਕ ਹੈ ਮੈਂ ਪੱਕੀ ਪੱਕੀ ਪਰ ਰੱਖਿਆ ਮੈਂ ਤੇ ਭਾਏ ਦਾ ਹੋਰ ਤਲਾਸੀ ਹੋਣ ਲੱਗ ਪਈ ਮੈਂ ਵੀ ਫੋਨ ਲਿਆਨੀ ਮਹੀ ਲਿਆ ਦੇਣਾ ਫੋਨ ਉੱਠੀ ਨਾ ਕਿਹੜਾ ਖੰਡਾ ਭਾਣ ਪਾ ਯਾਰ ਓਏ ਕੀ ਕਰੀ ਜਾਂਦਾ ਉਹ ਕਣਕ ਰਮਾਉਣਾ ਅਜਾ ਮੜਾ ਜਿਹਾ ਪਤਾ ਲਈਏ ਭਾਗੂ ਦਾ ਉਹ ਮੈਂ ਨਹੀਂ ਪਈ ਜਾਂਦਾ ਭਾਗੂ ਨੂੰ ਹੋ ਕੀ ਗਿਆ ਜ਼ਹਿਰ ਵਾ ਹੋ ਗਿਆ ਤੀ ਕਹਿੰਦੇ ਸਾਰੇ ਟੱਬਰ ਨੂੰ ਇਹਨਾਂ ਦੇ ਨੂੰ ਅੱਛਾ ਹੋਰ ਨਾ ਮੈਂ ਨਹੀਂ ਜਾਂਦਾ ਮੇਰੇ ਨਾਲ ਤਾਂ ਇਹ ਘੱਟੇ ਨਹੀਂ ਕਰਦਾ ਸਾਰੀ ਤਾਂ ਮੇਰੀ ਵੱਟ ਵੜਤੀ ਬਾਈ ਮੈਂ ਹਜੇ ਤੇ ਜਾਂਦੇ ਹੀ ਰਹੂੰਗਾ ਤੂੰ ਜਾਇਆ ਮੇਰੇ ਕੋਲ ਤਾਂ ਕੁਛ ਹੋ ਜੇ ਇਹਨਾਂ ਦੇ ਮੈਂ ਨਹੀਂ ਘਰੇ ਜਾਂਦਾ ਨਾ ਇੰਦੇ ਯਾਰ ਦੀ ਕਿਸੇ ਨਾਲ ਵੀ ਨਹੀਂ ਬਣਦੀ ਇਹਦੀ ਆ ਕੰਜਰ ਦੇ ਦਾ ਮਾੜਾ ਬੰਦਾ ਵੀ ਕਿਸੇ ਨਾਲ ਤਾਂ ਬਣਾ ਲਾ ਅਣਗ ਮੜ ਨਾਲ ਕਿਸੇ ਨਾਲ ਤਾਂ ਬਣਾ ਲਾ ਦੇ ਦਾ ਆ ਰਾਤ ਘਟ ਜਾਂਦੀ ਇੱਥੇ ਸਾਰਿਆਂ ਨੂੰ ਆਲੇ ਦੁਆਲੇ ਹੋ ਜਾਂਦਾ ਕਲੇਸ਼ ਮੁਕਦਾ ਨਾ ਕੱਖਾਂ ਵਾਲੀ ਛੱਡੇ ਨਾ ਕਿਸੇ ਦੀਆਂ ਵੱਟਾਂ ਨਾ ਪਈਆਂ ਨਾ ਕਹੀ ਨਾ ਖੁਰਪਾ ਸਾਰੇ ਕਾਸੇ ਦਾ ਬਸ ਇਹਨੇ ਤਾਂ ਸਰੀ ਪਿਆ ਤਾਂ ਕੀ ਇਹਨੂੰ ਹੁਣ ਯਾਰ ਵਧੀਆ ਰਾਤ ਕੱਟਦੀ ਕੰਜਰ ਦੇ ਦੀ ਇੱਥੋਂ ਘਟ ਜਾਂਦੀ ਪਰ ਦੱਸੇ ਓਏ ਕਿਹੜਾ ਭਾਈ ਆ ਜਾਓ ਚਾਚਾ ਜੀ ਆ ਜਾਓ रोटी खाई बस सवेर ਨੂੰ ਹਸਪਤਾਲ ਚ ਹੀ ਗਏ ਅਸੀਂ ਤਾਂ ਨਾ ਭਾਈ ਫਿਰ ਪਤਾ ਹੀ ਨਹੀਂ ਲੱਗਿਆ ਮਾੜਾ ਮੋਟਾ ਵੀ ਕੁਛ ਖਾਣ ਪੀਣ ਵਾਲੀ ਚੀਜ਼ ਚ ਹੋ ਗਿਆ ਕੁਛ ਜਾਂ ਕੀ ਗੱਲਬਾਤ ਹੋ ਗਈ ਪਾਣੀ ਪੂਣੀ ਚ ਜਾਂ ਕਿਵੇਂ ਪਤਾ ਹੀ ਨਹੀਂ ਲੱਗਿਆ ਚਾਚਾ ਜੀ ਕੀ ਹੋਇਆ ਕੀ ਨਹੀਂ
ਸਾਨੂੰ ਤਾਂ ਐ ਵੀ ਨਹੀਂ ਪਤਾ ਕਿਹੜਾ ਚੱਕ ਕੇ ਲਿਆ ਗਿਆ ਕਿਹੜਾ ਨਹੀਂ। ਅੱਛਾ, ਕਹਿੰਦੇ ਐਂਬੂਲੈਂਸ ਆਈ ਸੀ ਉਹ ਲੈ ਕੇ ਗਈ ਆ ਡਾਕਟਰ ਕਹਿੰਦਾ। ਚਾ ਬਚਤ ਰਹੇਗੀ ਭਾਈ, ਮੈਨੂੰ ਤਾਂ ਐ ਲੱਗਦਾ ਕੋਈ ਜ਼ਹਿਰੀਲੀ ਚੀਜ਼ ਦਾਲ ਸਬਜ਼ੀ 'ਚ ਪੈ ਗਈ ਕਿਤੇ। ਘਰੇ ਦਿੰਦੇ ਨਹੀਂ ਕੋਈ ਨਜ਼ਾਸਾ ਨਾ, ਭਾਗੂ ਕਿੱਧਰ ਲੰਘੇ? ਆ ਹੁਣ ਤਾਂ ਇੱਥੇ ਹੀ ਬੈਠੇ ਸੀ ਜੀ, ਇੱਧਰ ਨੂੰ ਲੰਘਿਆ ਮਾੜਾ ਜਿਹਾ ਭਾਗੂ ਤਾਂ। ਚੱਲ ਮੈਂ ਲੈਣਾ ਭਾਈ ਪਤਾ ਮਾੜਾ ਜਿਹਾ ਫਿਰ ਉਹਦਾ। ਬੈਠੋ ਚਾਚਾ ਜੀ, ਚਾਹ ਤਾਂ ਪੀ ਲਓ। ਨਾ ਬਸ ਭਾਈ, ਚਾਹ ਪੀ ਕੇ ਆਇਆ, ਕੋਈ ਗੱਲ ਨਹੀਂ, ਉੱਧਰ ਵੀ ਤੁਹਾਡੀ ਇੱਕ ਹੀ ਗੱਲ ਹੈ, ਕਿਹੜਾ ਕੁਛ ਬਣਨੇ, ਦੇਖਦਾ ਮੈਂ ਪਤਾ ਕਰਕੇ ਉਹਦਾ ਕਿੱਥੇ ਹੈਗਾ। ਲਿਆਓ ਜੀ ਪਤਾ। ਅੰਦਰ ਵੱਡਿਆ ਪੈ ਦੋ ਜਿਆਦਾ। ਉਹ ਇੱਧਰ ਬੈਠਾ ਭੱਗੂਆ, ਆਇਆ ਆ ਜਾ। ਹੋਰ ਠੀਕ ਹੈ? ਕਿਵੇਂ ਸਰੀਰ ਠੀਕ ਆ ਹੁਣ? ਠੀਕ ਆ ਭਾਈ, ਮੈਂ ਤਾਂ ਪਤਾ ਜਿਹਾ ਲੱਗਿਆ ਸੀ, ਮੈਂ ਤਾਂ ਡਾਕਟਰ ਦੇ ਗਿਆ ਸੀ ਦਵਾਈ ਜੀ ਲੈਣੀ ਯਾਰ ਖੰਘ ਜੀ ਦੀ। ਅੱਛਾ, ਕਹਿੰਦੇ ਭਾਗੂ ਕੇ ਸਾਰੇ ਟੱਬਰ ਨੂੰ ਇੰਨਾ ਮੈਂ ਨਹੀਂ ਲੈਂਦਾ, ਸਾਰੇ ਟੱਬਰ ਨੂੰ ਕਹਿੰਦੇ ਜ਼ਹਿਰ ਪਾ ਗਿਆ। ਕੀ ਗੱਲ ਹੋਈ ਇਹੀ ਜੀ, ਸਾਰੇ ਪਿੰਡ 'ਚ ਕੁੜੀ ਚੋਦ ਦੀ ਗੱਲ ਉੜੀ ਪਈ ਆ। ਝੀਲਿਆ ਕੋਈ ਦਿੱਤਾ ਰਹਿਤਾ ਮੂਹਰੇ ਆ ਗਿਆ, ਪੁੰਨਦਾਨ ਕੀਤਾ ਸੀ ਮੂਹਰੇ ਆ ਕੇ ਖੜ ਗਿਆ, ਤਾਂ ਕੋਈ ਬੱਚਤ ਰਹਿ ਗਈ ਸਾਰੇ ਟੱਬਰ। ਗੱਲ ਕੀ ਹੋਈ ਆ, ਪਤਾ ਤਾਂ ਲੱਗਿਆ ਹੋਊ ਕੀ ਗੱਲ। ਗੱਲ ਕੀ, ਤੈਨੂੰ ਕੀ ਦੱਸਾਂ ਹੁਣ, ਜੇ ਝੁੱਗਾ ਚੱਕਦਾ ਕੰਜਰ ਦਾ ਆਪਦੀ ਢਿੱਡ ਨੰਗਾ ਹੁੰਦਾ। ਅੱਜ ਅੱਸੇ ਦਾ ਸਾਲ ਆ ਰਿਹਾ ਕਲੰਨ ਜਾ, ਮੇਰੇ ਸਾਲੇ ਦੇ ਨੇ ਚੂਹੇ ਮਾਰ ਗੋਲੀਆਂ ਪਾਤੀਆਂ ਦਾਲ 'ਚ, ਆ ਬੋਲਾ ਜਾ। ਹੋਰ ਬਦਲੀ ਚੋਦਾ ਆਪ ਵੀ ਖਾ ਗਿਆ ਨਾਲੇ। ਤੁਸੀਂ ਇਹ ਤੋਂ ਕਰਾਉਂਦੇ ਕੀ ਹੋ? ਇਹ ਭੈਣ 'ਚ ਕੋਈ ਮੈਨੇਜਰ ਲੱਗਿਆ ਹੋਇਆ ਵੀ ਇਹ ਤਾਂ ਇਹਨੂੰ ਤੁਸੀਂ ਇੱਥੇ ਰੱਖ ਰੱਖਿਆ, ਤੁਹਾਨੂੰ ਤਨਖਾਹ ਦਾ ਲਾਲਚ ਇਹ ਤਾਂ ਮਾਰ ਦੇ, ਚਾਰ ਡੈਂਡ ਕੇ ਇਹਨੂੰ ਪਿੰਡ ਦੀ ਡੰਡੀ ਦਿਖਾ ਦੇ ਯਾਰ। ਇਹ ਬਥੇਰੀ ਵਾਰ ਕਿਹਾ ਇਹਨੂੰ ਮੈਂ ਵੀ ਛੱਡਿਓ ਭੈਣ ਦੇ, ਇਹਨੂੰ ਬੋਲੀ ਨੂੰ ਛੱਡਿਓ। ਹੈ ਜਾਂ ਤਾਂ ਬੰਦੇ ਨੂੰ ਕੋਈ ਲਾਲਚ ਹੋਵੇ ਤਾਂ ਹੁੰਦਾ ਯਾਰ, ਇਹ ਪਹਿਲਾਂ ਇੱਥੇ 20 ਰੋਟੀਆਂ ਖਾਂਦਾ ਹੋਊ ਇੱਕ ਦਿਨ ਦੀਆਂ, ਮੈਨੂੰ ਲੱਗਦਾ ਇਹ ਮੈਨੂੰ ਮਾਰ ਕੇ ਲੈਣਾ ਵੀ ਕੀ ਹੈ ਕਲਰ ਨੇ ਕੰਜਰ ਦੇ, ਇਹਨੂੰ ਕੋਈ ਲਾਭ ਨੀ, ਕੋਈ ਪ੍ਰੋਫਿਟ ਨੀ ਇਹਨੂੰ ਹੈਗਾ। ਫਿਰ ਹੋਰ ਗੱਲ ਕੀ ਆ, ਕੱਲ ਮੈਨੂੰ ਤਾਂ ਜੱਸੇ ਤੇ ਸ਼ੱਕ ਪੈਂਦਾ, ਜੱਸਾ ਲੱਗਦਾ ਤਾਂ ਨਹੀਂ ਯਾਰ ਹੈਗਾ ਇਹ ਜਿਹਾ ਯਾਰ। ਉਹ ਤਾਂ ਠੀਕ ਹੈ ਕੰਜ, ਮੇਰਾ ਤਾਂ ਮਨ ਮੰਨਦਾ ਨਹੀਂ ਤੇਰੇ ਨਾਲ ਭਾਈ। ਉਹਦੇ ਲਈ ਜਿਹੜੀ ਜਨਾਨੀ ਆ ਉਹ ਤੇਜ਼ ਆ, ਤੀਵੀਂ ਭਾਈ, ਤੀਵੀਂ ਤੇਜ਼ ਆ ਉਹਦੀ, ਕੀ ਪਤਾ ਭਾਈ ਕੀ ਅੰਦਰ ਕਿਸੇ ਦੇ ਕੀ ਚੱਲਦਾ ਹੈ ਨਾ। ਮੈਨੂੰ ਐਂ ਦੱਸ ਯਾਰ, ਇਹ ਜੇ ਇਹਦੀ ਤੀਵੀਂ ਦੇ ਮਨ ਦੇ ਵਿੱਚ ਕੋਈ ਚੰਗੀ ਗੱਲ ਹੁੰਦੀ ਹੁਣ ਰਿਸ਼ਤਾ ਨਾ ਕਰਾਉਣ ਦੀ, ਹੈ ਉਦੋਂ ਤਾਂ ਫਲ ਪੁੱਗੀ ਨੇ, ਉਹ ਤਾਂ ਐਂ ਯਾਰ ਛੜੇ ਦਾ ਚੰਬ ਖਾਈ ਜਾਵਾਂਗੇ। ਫਿਰ ਆਹ ਗੱਲ ਤਾਂ ਮੇਰੀ ਗੱਲ ਸੁਣ ਲਾ, ਇਹ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਵਿਆਹ ਕਰਾ ਲੈਦੇ, ਨਿੱਕੇ ਨੇਣੇ ਹੋ ਜਾਣਗੇ ਹੁਣ ਕਿਤੇ, ਹੈ ਹੁਣ ਕੰਜਰ ਦੀ ਨੇ ਸਕੀਮ ਹੈ। ਗੱਲ ਤਾਂ ਆ ਭਾਗੂ ਆ, ਉਹ ਤਾਂ ਚੱਲ ਜਿਹੜਾ ਕੁਛ ਹੈਗਾ ਠੀਕ ਆ ਹਨਾ, ਪਰ ਆ ਤਾਂ ਯਾਰ ਇਹ ਤਾਂ ਭੈਂਦਰ ਜਮੀਲ ਆ ਲੋਹੜੇ ਵਾਲੀ ਇਹ ਗੱਲ ਹਨਾ, ਸਾਰੇ ਟੱਬਰ ਨੂੰ ਕੁੜੀ ਚੋਦੀ ਜ਼ਹਿਰ ਦਾ ਉਹ ਕਰ ਦੇਣਾ ਹਨਾ, ਇਹ ਕੀ ਦੱਸਾਂ ਯਾਰ ਮੈਂ ਹੁਣ ਤੈਨੂੰ। ਮੈਂ ਤਾਂ ਸੱਚੀ ਗੱਲ ਸਾਰਾ ਮੇਰੇ ਤਾਂ ਅੰਦਰ ਵੱਡਿਆ ਪਿਆ ਭਾਈ, ਮੈਂ ਤਾਂ ਕਹੀਂ ਤਾਂ ਕਦੇ ਮਾੜਾ ਵੀ ਨਹੀਂ ਕਰਿਆ ਸੀ। ਉਹ ਤਾਂ ਫਿਰ ਗੱਲ ਤਾਂ ਹੋ ਹੀ ਜਾਂਦੀ ਹੈ ਕੁੜੀ ਚੋਦਾ ਸਿਆਣੇ ਬੰਦੇ ਨੂੰ, ਜਾਂ ਫਿਰ ਭਾਈ ਹੁਣ ਜੇ ਤੈਨੂੰ ਲੱਗਦਾ ਤਾਂ ਬਿਠਾ ਕੇ ਕਿਤੇ ਗੱਲ ਕਰ ਲੈ, ਪੰਚਾਇਤ 'ਚ ਗੱਲ ਕਰ ਲੈ ਜਾਂ ਕੋਈ ਹੋਰ, ਜੇ ਤੈਨੂੰ ਕੋਈ ਇਹ ਗੱਲ ਕਰੂ ਪੰਚਾਇਤ ਕੁੜੀ ਚੋਦਾ ਬਦਨਾਮੀ ਤਾਂ ਆਪਦੀ ਹੋਊਗੀ। ਹੈ ਕਹਿੰਦੇ ਅਗਲਾ ਕਹੂਗਾ ਵੀ ਤੁਹਾਡੇ ਹੀ ਹੈ। ਓਏ ਆ ਫਿਰ ਅੱਜ ਤਾਂ ਹੁਣ ਇਹ ਗੱਲ ਆ, ਕੱਲ ਨੂੰ ਕੁੜੀ ਚੋਦੀ ਕੋਈ ਹੋਰ ਵਾਧਾ ਘਾਟਾ ਹੋ ਜਾਏ ਫਿਰ ਵੀ ਤਾਂ ਨਾਲੇ ਫਿਰ ਪਛਤਾਏਗਾ, ਨਾਲੇ ਫਿਰ ਉਹ ਕਰੇਗਾ ਹਨਾ। ਨੀਤੀ ਘਰੇ ਆ ਰਹੀ ਹੈ ਸਾਡੀ, ਹੈ ਆਲੇ ਵਿਆਹ ਹੋਏ ਨੂੰ ਮੇਰਾ ਮਹੀਨਾ ਡੂਢ ਨਹੀਂ ਹੋਇਆ, ਕੀ ਕਹਿਣਗੇ ਭੈਣ ਦੇਰ ਵੀ ਜ਼ਹਿਰ ਦੇ ਕੇ ਮਾਰਦੀ, ਤੜਕੇ ਨੂੰ ਮਿੰਟੋ ਮਿੰਟੀ ਭੈਣ ਦਾ ਖਬਰ ਆ ਜਾਣਗੀਆਂ ਹਰੇਕ ਦੇ ਮੋਬਾਈਲ ਆਏ 'ਚ ਚੱਲ ਆਉਣਗੀਆਂ ਤਾਂ ਹੈਗੀ। ਹੁਣ ਫਿਰ ਇਹਦਾ ਗੱਲ ਤਾਂ ਕਰ ਲੈਣਾ ਕੋਈ, ਇਹਦਾ ਫਾਇਦਾ ਨਹੀਂ ਜਾ ਭਾਈ, ਫਿਰ ਆਪਦੇ ਦੋ ਭਾਂਡੇ ਲੈ ਕੇ ਅੱਡ ਅੱਡ ਹੋ ਜਾਓ, ਹੋਰ ਕੀ ਬਣੇ, ਦੇਖਦੇ ਹਾਂ ਸਬੂਤ ਕਰਦੇ ਹਾਂ ਕੋਈ। ਇਲੇ ਮੈਂ ਤਾਂ ਪੁਲਿਸ ਆ ਗਈ ਘਰੇ ਹੋਏ, ਇਹ ਰਿਪੋਰਟਰ ਪਟ ਕਰਤੀ ਕਿਸ ਨੇ, ਕੀ ਗੱਲਬਾਤ ਹੈ ਸਾਡੀ ਨੀਤਰੀ ਭਰਜਾਈ ਯਾਰ, ਉਹਨੇ ਕਰਤੀ ਹੋਣੀ ਐਡੀ ਦੂਰ ਗੱਲ ਲਿਜਾਣ ਦੀ ਕੀ ਲੋੜ ਦੀ ਆਪਾਂ ਯਾਰ, ਹੈਗੇ ਤਾਂ ਹੈਗੇ ਤੇ ਇੱਥੇ ਰੋਕ ਲਾਂਦੇ ਇੱਥੋਂ, ਹੈ ਲਕੋਦੇ ਭੁੱਖੀ ਕਈ ਵਾਰੀ ਤਰ ਆ ਜਾਂਦੇ ਨੇ, ਕਹਾਂ ਜੀ ਲਕੋਦੀ ਇੱਥੇ ਸੱਟ ਕੇ ਰੱਖਦਾ ਤੂੰ ਵੀ, ਓਏ ਕਾਲੂ ਇਹ ਜਾਰਾਂ ਦੇ ਦਾ ਪੰਗਾ, ਕਹਾਂ ਦੇ ਕਰਦੀ, ਕਹਾਂ ਜੇ ਗਾਹਾਂ ਜੇ ਕਰਤੀ ਹੁਣ ਇੱਥੋਂ ਆ ਜਾ ਮੜ ਜਾ ਚੱਲ। ਹਾਂਜੀ ਹੁਣ ਦੱਸੋ ਕੀ ਹੈ ਕੇਸ ਤੁਹਾਡਾ? ਸਰ ਮੈਂ ਫੋਨ ਤੇ ਤੁਹਾਨੂੰ ਸਾਰੀ ਗੱਲ ਦੱਸ ਹੀ ਦਿੱਤੀ ਸੀ। ਤਾਂ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਰਿਪੀਟ ਕਰ ਦਿਓ। ਸਰ ਇਸ ਘਰ 'ਚ ਮੈਨੂੰ ਤੇ ਮੇਰੇ ਹਸਬੰਡ ਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ। ਕਿਉਂ? ਸਰ ਜ਼ਮੀਨ ਪਿੱਛੇ ਤੇ ਪੈਸਿਆਂ ਪਿੱਛੇ। ਜ਼ਮੀਨ ਤੇ ਪੈਸਿਆਂ ਪਿੱਛੇ ਇਹ ਸਾਜ਼ਿਸ਼ ਕੌਣ ਕਰ ਰਿਹਾ? ਤੂਤਾ ਜੀ। ਤੂਤਾ ਕੌਣ ਹੈ ਇਹ? ਜੱਸੇ ਦਾ ਸਾਲਾ ਜੀ। ਜੱਸਾ ਕੌਣ ਹੈ? ਜੱਸਾ ਮੇਰਾ ਦਿਓਰ ਹੈ। ਨਹੀਂ ਫਿਰ ਉਹ ਕਿਉਂ ਮਾਰਨ ਦੀ ਸਾਜ਼ਿਸ਼ ਕਰ ਰਿਹਾ ਤੁਹਾਨੂੰ? ਸਰ ਜੱਸਾ ਤੇ ਪ੍ਰੀਤ ਦੋਨੇ ਜਣੇ ਰਲ ਕੇ ਜ਼ਮੀਨ ਤੇ ਪੈਸਾ ਹੜੱਪਣਾ ਚਾਹੁੰਦੇ ਆ, ਮੇਰੇ ਹਸਬੰਡ ਬਹੁਤ ਭੋਲੇ ਆ। ਉਹ ਤਾਂ ਜੀ ਮੈਂ ਤੁਹਾਨੂੰ ਦੱਸਦੀ ਹਾਂ, ਇੱਕ ਵਾਰੀ ਇਹਨਾਂ ਦਾ ਪਹਿਲਾਂ ਵੀ ਕੇਸ ਹੋਇਆ ਸੀ, ਉਹ ਇਹਨੇ ਇਹਦੇ ਦਿਓਰ ਦਾ ਸਾਲਾ ਗਾ ਉਰੀ ਰਹਿੰਦਾ, ਜਮਾਂ ਮੈਂਟਲ ਆ ਜੀ, ਉਹਨੂੰ ਕਾਸੇ ਦੀ ਅਕਲ ਨਹੀਂ ਹੈਗੀ, ਜਮਾਂ ਬੇਅਕਲ ਹੈਗਾ। ਅਤੇ ਇਹ ਵੀ ਆਪਣੇ ਪਹਿਲਾਂ ਥਾਣੇ 'ਚ ਕੰਮ ਕਰਦੇ ਸੀਗੇ, ਹੁਣ ਇਹਨਾਂ ਦੀ ਪੁਲਿਸ ਲਾਈਨ 'ਚ ਡਿਊਟੀ ਆ, ਇਹਨਾਂ ਨੇ ਬਸ ਵਿਆਹ ਕਰਕੇ ਛੁੱਟੀਆਂ ਲਈਆਂ ਹੋਈਆਂ ਨੇ ਜੀ। ਅੱਛਾ ਅੱਛਾ ਹਾਂਜੀ ਉੱਥੇ ਚਲੋ ਠੀਕ ਹੈ,
पर ये झूठा जिहड़ा ये इत्थे क्यों रहिंदा है? ये जी बस साले ਹੁਣ ਦਾ ਨਾਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਸਾਲੀ ਸਾਹਿਬਾ। ਸਤਿ ਸ੍ਰੀ ਅਕਾਲ ਜੀ। ਮੇਰੇ ਹਸਬੰਡ ਹੈ ਜੀ। ਅੱਛਾ ਅੱਛਾ ਅੱਛਾ। ਆ ਭਾਈ ਮੈਂ ਉੱਥੇ ਰੱਖ ਦੇ। ਆ ਲੈ ਛੱਡ ਕੇ ਜੀ ਲਿਆ ਮੰਜਾ। ਕੀ ਪਾਣੀ ਪੁੱਛ ਲਿਆ ਭਾਈ? ਹਾਂ ਜੀ। ਹਾਂ ਸਤਿ ਸ੍ਰੀ ਅਕਾਲ ਜੀ। ਹੁਣੇ ਹੀ ਆਏ ਸੀ ਜੀ ਬਸ। ਭਾਈ ਜੀ ਚਿੱਲੇ ਮੈਂ ਕੋਈ ਨਾ ਹੋਣਾ ਭਾਈ ਬਸ ਮਰ ਜਾ ਮਰ ਜਾ। ਪੀ ਲਿਆ ਚਾਹ ਪਾਣੀ ਪੀ ਲਿਆ? ਬਸ ਹੁਣੇ ਹੀ ਆਏ ਸੀ ਜੀ ਪਾਣੀ ਪੀਤਾ। ਅਸਤੀ ਸਾਰੀ ਗੱਲ ਬਾਤ ਆ। ਹਾਂਜੀ ਹਾਂਜੀ ਇਹ ਤਾਂ ਥਾਣੇਦਾਰ ਸਾਹਿਬ ਗੱਲ ਆਏ ਆ। ਹਾਂਜੀ ਰਾਤ ਭਾਈ ਸਾਨੂੰ ਜ਼ਹਿਰ ਪਾਤਾ ਸਾਰੇ ਟੱਬਰ ਨੂੰ। ਤੂੰ ਤੇ ਨੇ। ਅੱਛਾ ਤੂੰ ਤਾਂ ਭਾਈ ਆ ਜੱਸੇ ਦਾ ਸਾਲ ਹੈ। ਹੈਗਾ ਤਾਂ ਭਾਈ ਕੰਜਾ ਦਾ ਸਿੱਧਰ ਹੈ। ਦੇਖ ਉਹਨੂੰ ਤਾਂ ਕੋਈ ਲੱਲਾ ਖੱਖਾ ਨਹੀਂ ਸਾਡੇ ਮਰਨ ਨਾਲ, ਹੈਂ ਕੋਈ ਲਾਭ ਨਹੀਂ ਕੋਈ ਪ੍ਰੋਫਿਟ ਨਹੀਂ ਉਹਨੂੰ ਕੁਛ ਨਹੀਂ। ਇਹ ਸਾਰੀ ਚਾਲਬਾਜ਼ ਭਾਈ ਜੱਸਾ ਦੇ ਜੱਸੇ ਦੀ ਬਹੂ ਹੈ। ਦੋਨੇ ਸਕੀਮਾਂ ਇਹ ਕਰਦੇ ਨੇ, ਮੋਹਰਾ ਉਹਨੂੰ ਬਣਾਇਆ ਹੋਇਆ, ਉਹਦੇ ਵਿੱਚ ਦੀ ਉਹਨੂੰ ਮਾਰਨ ਸਾਨੂੰ ਮਾਰਨ ਫਿਰਦੇ। ਪ੍ਰੋਪੋਗੰਡਾ ਤਾਂ ਇਹਨੇ ਐ ਬਣਾ ਲਿਆ ਜੀ ਸਾਰਿਆਂ ਨੇ। ਕਹਿੰਦੇ ਵੀ ਅਸੀਂ ਵੀ ਸਬਜ਼ੀ ਖਾਧੀ ਤੀ, ਤੁਸੀਂ ਵੀ ਸਬਜ਼ੀ ਖਾਧੀ ਤੀ, ਕੇਰਾ ਤਾਂ ਭਾਈ ਸਾਰੇ ਜਣੇ ਦਾਖਲ ਹੋ ਗਏ ਉੱਥੇ ਜਾ ਕੇ। ਅੱਛਾ ਹਾਂ ਇਹ ਜੱਸੇ ਦਾ ਸਾਲਾ ਸਾਰਾ ਕੁਛ ਮੰਨ ਗਿਆ ਸਾਡੇ ਕੋਲ। ਆਨਾ ਆਨਾ ਕਹਿੰਦਾ ਵੀ ਮੈਂ ਚੂਹੇ ਮਾਰ ਗੋਲੀਆਂ ਪਾਈਆਂ ਨੇ। ਹੁਣ ਕਿਉਂ ਪਾਈਆਂ ਨੇ ਭਾਈ ਕੀ ਕਾਰਨ ਹੈ ਇਹ ਜਨਾਬ ਤੁਸੀਂ ਪੁੱਛੋ ਜੀ। ਹੈ ਕਿੱਥੇ ਨੇ ਜੀ ਉਹ? ਜੱਸਾ ਤਾਂ ਭਾਈ ਕੱਲ ਦੀ ਨਹੀਂ ਹੈਗਾ ਘਰੇ। ਤੇ ਉਹ ਕਿੱਥੇ ਧੁੱਤਾ? ਉਹ ਤਾਂ ਹਸਪਤਾਲ ਚੋਂ ਹੀ ਭੱਜ ਗਿਆ। ਬੋਤਲ ਲੈ ਕੇ ਭੱਜ ਗਿਆ ਭਾਈ ਉੱਥੋਂ। ਫਿਰ ਹੁਣ ਘਰੇ ਕੌਣ ਆ? ਕਿਹਨੂੰ ਪੁੱਛੀਏ ਅਸੀਂ? ਜੱਸੇ ਦੀ ਟੀਮ ਹੀ ਆ ਭਾਈ। ਫਿਰ ਬੁਲਾਓ ਉਹਨੂੰ। ਸਾਰਾ ਕੁਝ ਪਤਾ ਹੈ ਉਹਨੂੰ। ਮੜ ਜਾ ਭਾਈ ਤੁਸੀਂ ਤਾੜ ਕੇ ਪੁੱਛਿਓ। ਦੇਖੋ ਅੱਬੇ ਹੱਥ ਬੰਨ ਕੇ ਬੇਨਤੀ ਹੈ, ਸਾਡੀ ਨੂੰਹ ਧੀ ਹੈ, ਮਾਰ ਤਾਂ ਪਰਦਾ ਕਰਿਓ। ਗਗਨਦੀਪ ਬੁਲਾਓ ਉਹਨੂੰ। ਪ੍ਰੀਤ ਮੈਡਮ ਜੀ ਮੇਰਾ ਭਾਈ ਤਾਂ ਜਮਾ ਹੀ ਭਗਤ ਬੰਦਾ ਜੀ। ਉਹ ਤਾਂ ਜਮਾ ਹੀ ਸਿਧਰਾ ਸਾਧਰਾ, ਜਿਹੜਾ ਵੀ ਉਹਨੂੰ ਪਿੱਛੇ ਲਾ ਲੈਂਦਾ ਉਹਦੇ ਪਿੱਛੇ ਲੱਗ ਜਾਂਦਾ। ਮੈਂ ਕਹਿਣਾ ਨਹੀਂ ਚਾਹੁੰਦੀ ਸੀ ਜੀ ਅੱਜ, ਮੈਂ ਤੁਹਾਨੂੰ ਰਾਜ ਦੀ ਗੱਲ ਦੱਸਦੀ ਹਾਂ। ਜਿੰਨੇ ਵੀ ਆ ਭਾਗੂ ਨੇ ਗਲਤ ਕੰਮ ਕਰੇ ਨੇ ਜੀ, ਸਾਰੇ ਮੇਰੇ ਭਾਈ ਤੋਂ ਕਰਾਏ ਨੇ। ਕਿਤੇ ਵੀ ਭੁੱਕੀ ਲੈਣ ਜਾਣੀ ਆ, ਕੋਈ ਵੀ ਗਲਤ ਕੰਮ ਕਰਨਾ, ਕਿਸੇ ਵੀ ਜਨਾਨੀ ਨੂੰ ਸੁਨੇਹਾ ਜੀ। ਮੇਰੀ ਗੱਲ ਸੁਣੀ, ਮੈਂ ਕੁੰਡਲੀ ਨੀ ਪੁੱਛੀ, ਮੈਂ ਐ ਪੁੱਛਿਆ ਵੀ ਇਹਨਾਂ ਨੂੰ ਕਿਉਂ ਮਾਰਨਾ ਚਾਹੁੰਦੇ ਆ। ਨਾਲੇ ਮੇਰੀ ਗੱਲ ਸੁਣ, ਆ ਕਿਹਨੇ ਸਬਜ਼ੀ ਚ ਕਿਹਨੇ ਦੋਹਾ ਪਾ ਕੇ ਦਿੱਤੀ ਇਹਨਾਂ ਨੂੰ? ਮੈਡਮ ਜੀ ਮੇਰਾ ਭਾਈ ਤਾਂ ਜਮਾ ਹੀ ਸਿੱਧਾ ਜੀ, ਉਹ ਤਾਂ ਕਿਤੇ ਚੂਹਿਆਂ ਦੀਆਂ ਗੋਲੀਆਂ ਲੈ ਕੇ ਆਇਆ ਸੀ, ਸਾਡੇ ਚੂਹੇ ਬਹੁਤ ਹੋ ਰਹੇ ਨੇ, ਉਹ ਕਿਤੇ ਗਲਤੀ ਨਾਲ ਗਿਰ ਗਈ ਹੋਣੀ ਉਤੋਂ। ਉਹ ਅਜਿਹਾ ਨਹੀਂ ਹੈਗਾ ਮੈਡਮ ਜੀ। ਗਲਤੀ ਨਾਲ ਗਿਰ ਗਈ ਹੈ? ਗਲਤੀ ਨਾਲ ਦੇਖ ਲੈ, ਨੂਣ ਮਿਰਚ ਦੀ ਗਲਤੀ ਨਾਲ ਗਿਰ ਗਿਆ, ਵੱਧ ਘੱਟ ਹੋ ਗਿਆ। ਜੇ ਉਹ ਇੰਨਾ ਚਲਾਕ ਹੁੰਦਾ ਜੀ ਆਪ ਕਾਹਨੂੰ ਖਾਂਦਾ, ਉਹ ਤਾਂ ਸਾਰਿਆਂ ਤੋਂ ਪਹਿਲਾਂ ਆਪ ਖਾ ਗਿਆ। ਹੈ ਕਿੱਥੇ ਆ ਉਹ? ਆਪ ਖਾਦਾ ਮਰਿਆ ਫਿਰ ਭਈ ਉਹ। ਫਿਰ ਤੁਸੀਂ ਕਿਹੜਾ ਮਰ ਗਏ? ਜਵਾਨ ਸੰਭਾਲ ਕੇ ਗੱਲ ਕਰਨੀ, ਬੋਲਦੀ ਕਿਵੇਂ ਤੂੰ? ਇਹ ਤੈਨੂੰ ਮਾਰਨੇ ਫਿਰਦੀ ਆ। ਸੁਣ ਲੈ ਸਰ, ਮੈਨੂੰ ਤਾਂ ਇਹਨਾਂ ਦਾ ਸਾਰਾ ਹੀ ਕੇਸ ਉਲਝਿਆ ਲੱਗਦਾ ਜਨਾਬ। ਮੇਰੇ ਘਰ ਵਾਲਾ ਹੈਗਾ ਭਲਾ ਮਾਨਸ, ਠੀਕ ਹੈ, ਇਹਨੂੰ ਵਰਗਲਾ ਕੇ ਜ਼ਮੀਨ ਲੈਣਾ ਚਾਹੁੰਦੇ ਸੀ ਪਹਿਲਾਂ ਵਿਆਹ ਤੋਂ। ਹੁਣ ਅਸੀਂ ਹੋ ਗਏ ਦੋ ਜਣੇ, ਤਾਂ ਇਹਨਾਂ ਨੂੰ ਇਹ ਹੈ ਕਿ ਹੁਣ ਜ਼ਮੀਨ ਉਵੇਂ ਤਾਂ ਮਿਲਣੀ ਨਹੀਂ, ਇਹਨਾਂ ਨੂੰ ਦੋਵਾਂ ਨੂੰ ਖਤਮ ਕਰੀਏ ਤੇ ਜ਼ਮੀਨ ਹੱਥ ਵਸ ਕਰੀਏ। ਆਹ ਗੱਲ ਹੈ ਜੀ, ਮੈਨੂੰ ਅਨਪੜ੍ਹ ਨੂੰ ਪਹਿਲਾਂ ਇਹ ਫੁੱਦੂ ਚੱਕਰਾਂ 'ਚ ਪਾਈ ਫਿਰੀ ਗਏ, ਹੁਣ ਮੇਰੀ ਧੀ ਵੀ ਪੜ੍ਹੀ ਲਿਖੀ ਆ ਗਈ, ਹੁਣ ਸਾਰਾ ਕੁਛ ਉਹਦੇ ਹੱਥਾਂ ਵਿੱਚ ਦੀ ਮੰਗੂਗਾ। ਨਹੀਂ ਹੁਣ ਉਹ ਤੁਹਾਡਾ ਤੂਤਾ ਹੈ ਕਿੱਥੇ ਹੈ? ਉਹ ਤਾਂ ਪਤਾ ਨਹੀਂ ਜੀ, ਜੱਸਾ ਵੀ ਨਹੀਂ ਰਾਤ ਦਾ ਘਰ ਆਇਆ, ਉਹ ਰਾਤ ਪਾਣੀ ਲਾਣ ਗਿਆ ਸੀ, ਮੁੜ ਕੇ ਹੁਣ ਤੱਕ ਨਹੀਂ ਘਰ ਆਇਆ। ਜੱਸਾ ਕੀ ਅਸੀਂ ਗਾ ਲਾਪਤਾ ਕਰਤਾ ਭਾਈ? ਫਿਰ ਡਰਦਾ ਮਾਰਾ ਨਹੀਂ ਆਇਆ ਜੇ ਕਿ ਗਲਤੀ ਸੀ ਤਾਂ ਨਹੀਂ ਆਇਆ। ਜੱਸੇ ਦੀ ਗਲਤੀ ਆ ਸਰ, ਤਾਂ ਹੀ ਨਹੀਂ ਕਰੇ ਹੈਗਾ ਉਹ। ਨਹੀਂ ਸਰ, ਮੈਨੂੰ ਤਾਂ ਇਹਨਾਂ ਦੋਨਾਂ ਤੇ ਸ਼ੱਕ ਹੈ, ਇਹਨਾਂ ਨੇ ਕਿਡਨੈਪ ਕਰਾਇਆ ਮੇਰੇ ਘਰ ਵਾਲੇ ਨੂੰ। ਹੈ ਦੇਖ ਦੇਖ ਲੈ ਜਨਾਬ, ਕਿਡਨੈਪ ਨਹੀਂ ਕਰਾਇਆ। ਗੱਲ ਸੁਣੋ, 10 ਦਿਨ ਪਹਿਲਾਂ ਨਾ ਧੂਤੇ ਨੇ ਸਾਨੂੰ ਕਰੰਟ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਤਾਂ ਮੇਰੀ ਨਿਗਾਹ ਪੈ ਗਈ ਤੇ ਉਦੋਂ ਅਸੀਂ ਬਚ ਗਏ। ਨਾ ਤੂੰ ਉਹਦੇ ਕਿਉਂ ਨਹੀਂ ਠਾਣੇ ਚਾਹੀ ਫਿਰ? ਉਹ ਮੈਂ ਘਰ ਦਾ ਮਸਲਾ ਸਮਝਿਆ, ਕਹਿਣਗੇ ਨਵੀਂ ਵਿਆਹੀ ਹੈ ਤੇ ਇਹਨੇ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਨਹੀਂ ਫਿਰ ਹੁਣ ਤੁਸੀਂ ਕਿਨਾਰਾ ਧੂਤੇ ਦਾ ਕਿੱਥੇ ਹੈਗਾ? ਧੂਤੇ ਤੋਂ ਕਰੜੇ ਕਰੜੇ ਤਰੀਕੇ ਨਾਲ ਪੁੱਛ ਗਿੱਛ ਕਰੋ, ਸਾਰਾ ਗੱਲ ਤੂੰ ਤਾਂ ਆਪੇ ਦੱਸ ਦੂਗਾ। ਜਦੋਂ ਧੂਤੇ ਦੀ ਕੁੱਟੀ ਨਾ ਚਲਾਮ ਪਿਆਰੀ, ਉਹਦਾ ਪੜਕ ਪੜਕ ਨਾ ਉਤਰੂਗਾ ਜੀ। ਤੁਹਾਨੂੰ ਪਤਾ ਉਹਦਾ ਟਿਕਾਣਾ ਪਤਾ ਕਿੱਥੇ ਆ? ਉਹਨੇ ਜਾਣਾ ਕਿੱਥੇ ਬੀਬਾ? ਉਹ ਕੰਮੀ ਵਾਲੇ ਕੋਲੇ ਹੁਣ ਇੱਥੇ ਬੈਠਿਆ ਹੋਊਗਾ ਖੇਤ ਦਾ। ਹੈਂ
ਯਾਰ ਮਰੋ ਧੌਣ ਚ ਮੁੱਕੀ ਉਹਦਾ ਪੜਕ ਪੜਕ ਦੱਸੂਗਾ ਵੀ ਗੋਲੀਆਂ ਕਿਹਨੇ ਲੈ ਕੇ ਦਿੱਤੀਆਂ ਨੇ ਕਿਉਂ ਲੈ ਕੇ ਦਿੱਤੀਆਂ ਨੇ ਹੈ ਮੇਰੀ ਗੱਲ ਦੱਸ ਦੇ ਫਿਰ ਆਪਾਂ ਨੂੰ ਤਾਂ ਹੁਣ ਖੇਤ ਵੀ ਨਹੀਂ ਪਤਾ ਇਹਨਾਂ ਨੂੰ ਕਿਸੇ ਨਾਲ ਜਾਣਾ ਪਊ ਸਕੂਟਰ ਸਕੂਟਰ ਤੇ ਆ ਜੀ ਹਾਂ ਚਲੋ ਫਿਰ ਚਲੋ ਅੱਜ ਫੇਰ ਤੂੰ ਤੇ ਪਿਆਰ ਆਇਆ ਹੈ दस रख पैण वांगू वड़ दू केड़ा कड़ौन खा ले छेती दस मैं रोटी भी नहीं खाधी तड़की दी यार पुलिस कमेरी है पुलिस कमेरी अपने खेत पुलिस नहीं था प्रूपिया है ओदे काला काला रंग लग्या होया मुंह ते प्रूपिया क्यों है कंजर दिया हुण तां कहिंदा उत्थों नाल भागू है सोडे वाला प्रूपिया गा ओह तां अपने घरी आउंदे ने ओए ओदे काला काला रंग लग्या होया ओ सोडे घरी तां नहीं कोई गल होगी ना साडे तां नहीं हुई ओए ओदे सोडे सारे घर दे नाल आउंदे आ लाल पग है जी अच्छा 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 आहा या कौन ने जी जा है रिश्तेदार ने तेरे कौन है आहे चूटिया मर दी मैं मेरा तो जी ऊ कसूर नहीं है जी कोई भी मैं अनलीगल कुट दे जी तुसी मिनट तेन दस दिते दस मिनट तक मैं बस जे सचो सच ना दस ना मेरे साकड़े मारू मैं कुछ लू दे